ਦੇਖਿਆ ਕਣਕ ਤਾਂ ਢੇਰੀਆਂ ਤੇ ਪਈਆਂ ਕੀ ਗੱਲ ਬਾਹਰ ਤਾਂ ਬਾਹਰ ਦਾ ਨਹੀਂ ਬਹੁਤ ਮੁਸ਼ਕਲ ਹੈ ਹਾਂਜੀ ਨਹੀਂ ਦੇ ਰਹੇ ਅਤੇ ਨਾ ਹੀ ਲਿਫਟਿੰਗ ਹੋ ਰਹੀ ਹੈ ਅਤੇ ਨਾ ਹੀ ਕੋਈ ਚੱਕ ਰਿਹਾ ਅਤੇ ਨਾ ਕੋਈ ਬਾਤ ਪੁੱਛਦਾ ਸੱਜਾ ਖਰਾਬ ਹੋਣ ਲਈ ਕੀ ਕਹਿਣਾ ਚਾਹੁੰਦੇ ਤੁਸੀਂ ਕਹਿਣਾ ਵੀ ਜੇ ਸਰਕਾਰ ਨੂੰ ਚਾਹੀਦਾ ਵੀ ਜਲਦੀ ਟਾਈਮਦਾਰਾਂ ਨੂੰ ਅਤੇ ਪੇਮੈਂਟ ਆ ਪੇਮੈਂਟਾਂ ਵੀ ਨਹੀਂ ਪੈ ਰਹੀਆਂ ਜਿੱਥੇ ਸਰਕਾਰਾਂ ਵੱਲੋਂ ਵੱਡੇ ਵੱਡੇ ਦਾਅਵੇ ਕਰ ਰਹੇ ਵੀ ਇਹ ਕਿਸਾਨਾਂ ਨੂੰ ਕਿਸੇ ਗੱਲ ਦੀ ਕੋਈ ਮੁਸ਼ਕਲ ਨਹੀਂ ਆਉਂਦਾ ਕੀ ਕਹਿੰਦੇ ਮੁਸ਼ਕਲ ਬਹੁਤ ਆ ਜੀ ਕੋਈ ਮੁਸ਼ਕਲ ਵਾਧਾ ਨਹੀਂ ਪੂਰਾ ਇਹਨਾਂ ਦਾ ਹੈਗਾ ਕੁਛ ਨਹੀਂ ਹੈਗਾ ਇਹਨਾਂ ਕੋਲ ਠੀਕ ਹੈ ਫਿਲਹਾਲ ਬਾਰਦਾਨਾ ਨਹੀਂ ਪੂਰਾ ਹੋ ਰਿਹਾ ਬਾਰਦਾਨਾ ਨਹੀਂ ਪੂਰਾ ਤਾਂ ਪੇਮੈਂਟਾਂ ਕਿੱਥੋਂ ਭਜਣੀ ਇਹਨਾਂ ਦੀਆਂ ਅਤੇ ਜ਼ਿਮੀਦਾਰ ਦਾ ਤੰਗ ਅੱਗੇ ਆ ਖਰਚਾ ਕਿੱਥੋਂ ਕਰਨਾ ਹਾਂਜੀ ਤੁਸੀਂ ਦੇਖੋ ਰਿਕੁਐਸਟ ਕਰੋ ਬੇਨਤੀ ਕਰੋ ਅੱਗੇ ਮੀਡੀਆ ਦੇ ਅੱਗੇ ਬੇਨਤੀ ਆ ਅਤੇ ਸਰਕਾਰਾਂ ਨੂੰ ਸੁਣਾਉਣ ਪੰਜਾਬ ਸਰਕਾਰ ਵੱਲੋਂ ਕੀ ਇਹ ਵੀ ਕਿਹਾ ਬਈ ਜਿਹੜੇ ਕਿਸਾਨਾਂ ਕੋਈ ਮੁਸ਼ਕਲ ਨਹੀਂ ਆਉਂਦਾ ਵਾਂਗੇ ਨਾ ਬਾਰਦਾਨੇ ਦੀ ਅਤੇ ਨਾ ਲਿਫਟ ਕਰਦਾ ਕੀ ਕਰਦਾ ਮੀਂਹ ਚਣੀ ਆਉਂਦੀ ਆ ਫਿਰ ਆਪਣੀ ਪ੍ਰੋਬਲਮ ਅਤੇ ਤਰਪਾਲਾਂ ਕੋਈ ਕੀ ਆਰਤੀ ਨਹੀਂ ਦਿੰਦੇ ਠੀਕ ਹੈ ਕੀ ਕਹਿਣਾ ਚਾਹੁੰਦੇ ਕੀ ਕਹਿਣਾ ਚਾਹੁੰਦੇ ਤੁਸੀਂ ਕਹਿਣਾ ਕਿ ਉਹ ਤੰਗੀ ਹੈ ਜੀ ਜ਼ਿੰਮੇਦਾਰ ਸਾਰੇ ਪਾਸੇ ਕੀ ਕਹਿਣਾ ਚਾਹੁੰਦੇ ਤੁਸੀਂ ਬਾਰ ਦਾ ਬਾਰ ਦਾ ਬਾਰ ਦਾ ਨਾ ਹੋਣਾ ਜੀ ਨਾ ਜ਼ਿੰਮੇਦਾਰ ਚਾਹ ਗਿਆ ਦੇਣ ਕਿਹੜਾ ਵੇਲਾ ਬੈਠੇ ਬਲਦੇਵ ਸਿੰਘ ਹਾਂਜੀ ਤੁਸੀਂ ਇੱਥੇ ਮੰਡੀ ਦੇ ਵਿੱਚ ਆਏ ਆ ਢੇਰੀਆਂ ਇੱਦਾਂ ਦੇਖ ਲਈ ਕੀ ਕਹਿਣਾ ਚਾਹੁੰਦੇ ਜੀ ਦਾਣੇ ਸਾਡੇ ਤੁਲ ਜਾਣ ਜਾਂ ਭਰ ਲੈਣ ਹੁਣ ਤਿੰਨ ਦਿਨ ਬੋਰੀਆਂ ਪਈਆਂ ਰਹੀਆਂ ਚਾਰ ਦਿਨ ਦਾਣੇ ਢੇਰ ਜੇ ਕਿਤੋਂ ਬਰਖਾ ਲਾ ਪਾਵੇ ਕਿੱਧਰ ਜਾਣਾ ਸਾਡੇ ਦਾਣੇ ਖਰਾਬ ਹੋਣੇ ਦਾਣੇ ਕਿਉਂ ਨਹੀਂ ਭਰੇ ਜਾਂਦੇ ਬਾਰਦਾਨਾ ਹਾਲੇ ਬਾਰਦਾਨਾ ਅੱਜ ਆਇਆ ਅਤੇ ਤੁਸੀਂ ਕਿਸੇ ਅਫਸਰ ਨੂੰ ਜਾਂ ਕਿਸੇ ਕੋਈ ਨੂੰ ਕਿਸੇ ਨੂੰ ਕਿਹਾ ਭਾਰਤੀ ਕੀ ਕਹਿਣਾ ਚਾਹੁੰਦੇ ਹੋ ਆਪਣੀ ਕੀ ਮੰਗ ਹੈ ਬਾਰਦਾਨਾ ਸਾਨੂੰ ਚਾਹੀਦਾ ਦਾਣੇ ਭਰ ਹੋ ਜਾਣ ਆਪਣਾ ਕਾਹਦਾ ਕੰਮ ਭਾਰਤੀ ਹਾਂਜੀ ਕਿਸਾਨਾਂ ਵੱਲੋਂ ਕਿਹਾ ਗਿਆ ਵੀ ਕੀ ਕਹਿ ਬਾਰਦਾਨ ਹੈ ਨਹੀਂ ਸਾਡੇ ਤਿੰਨ ਤਿੰਨ ਚਾਰ ਚਾਰ ਦਿਨ ਇੱਦੀ ਫਸਲ ਵੀ ਕੀ ਕਹਿਣਾ ਸਹੀ ਹੈ ਪੰਜਾਬ ਸਰਕਾਰ ਕੋਲ ਹੀ ਵਾਰਦਾਨ ਹੈ ਪੰਜਾਬ ਸਰਕਾਰ ਕਹਿੰਦੀ ਵਾਰਦਾਨ ਅਖਬਾਰ ਬਹੁਤ ਵੱਡੇ ਵੱਡੇ ਵਾਅਦੇ ਕਰਦੇ ਆ ਅਤੇ ਪੇਮੈਂਟ ਵੀ ਦੇਵਾਂਗੇ ਟਾਈਮਲੀ ਅਤੇ ਵਾਰਦਾਨਾ ਵੀ ਦੇਵਾਂਗੇ ਮੰਡੀਆਂ 'ਚ ਦੇਖ ਲਓ ਇੱਥੇ ਕੀ ਹਾਲਾਤ ਹੁੰਦੇ ਪਏ ਜ਼ਿਮੀਦਾਰ ਵਿਚਾਰਾ ਚਾਰ ਚਾਰ ਦਿਨ ਬੈਠਾ ਰਹਿੰਦਾ ਚਾਰ ਚਾਰ ਦਿਨ ਜ਼ਿਮੀਦਾਰ ਬੈਠਾ ਰਹਿੰਦਾ ਕੋਈ ਨਹੀਂ ਕੁਛ ਕਰਦਾ ਇਸ ਤੱਕ ਨੂੰ ਕਿਉਂ ਜਾ ਗਈ ਵਾਰਦਾਨਾ ਕਰ ਲਿਆ ਜੀ ਰੇਂਜ ਆਏਗਾ ਤਾਂ ਦੇ ਦੇਵਾਂਗੇ ਪਿੱਛੋਂ ਨਹੀਂ ਆ ਰਹੇ ਅੱਜ ਮਿਲੀ ਆ ਜੀ ਦੋ ਤਿੰਨ ਗੱਠਾਂ ਜਿਹੜਾ ਫਿਰ ਅੱਜ ਇੰਨੇ ਜਿਹੜਾ ਹੁਣ ਵਾਰਦਾਨ ਆਇਆ ਇਹਦੇ ਨਾਲ ਹੋ ਜਾਏਗਾ ਪੂਰਾ ਅਤੇ ਇੱਦਾਂ ਫਿਰ ਕੀ ਕਹਿੰਦੇ ਆਪਣੇ ਕਿਸਾਨਾਂ ਦੀ ਖੱਜਲ ਖੁਆਰੀ ਨਹੀਂ ਉਹ ਤਾਂ ਸਾਹਮਣੇ ਦਿਸਦਾ ਨਹੀਂ ਕਿਸਾਨ ਪਰੇਸ਼ਾਨ ਹੈ ਆੜ੍ਹਤੀਆਂ ਪਰੇਸ਼ਾਨ ਸਰਕਾਰ ਆਪਣੀ ਇਹ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਜਲਦੀ ਜ਼ਿਮੀਦਾਰਾਂ ਨੂੰ ਮਤਲਬ ਆੜ੍ਹਤੀਆਂ ਨੂੰ ਵਾਰਦਾ ਨਾ ਮਿਲੇ ਜ਼ਿਮੀਦਾਰ ਨੂੰ ਪੇਮੈਂਟ ਮਿਲੇ ਆੜ੍ਹਤੀਆਂ ਨੂੰ ਵਾਰਦਾ ਨਾ ਮਿਲੇ ਜ਼ਿਮੀਦਾਰ ਨੂੰ ਪੇਮੈਂਟ ਮਿਲੇ ਇਸ ਸਮੱਸਿਆ ਤੋਂ ਉਹਨਾਂ ਦਾ ਹੱਲ ਹੋਣਾ ਚਾਹੀਦਾ ਕਈ ਵਿਚਾਰਾਂ ਦੀ ਮੈਂ 14 ਦੀ ਪੇਮੈਂਟ ਪਾਈ ਉਹਨਾਂ ਨੂੰ ਅੱਜ ਤੱਕ ਨਹੀਂ ਪੇਮੈਂਟ ਮਿਲੀ ਠੀਕ ਹੈ ਕਿਉਂ ਨਹੀਂ ਮਿਲੀ ਕਾਰਨ ਕੀ ਬਸ ਕਹਿੰਦੇ ਪ੍ਰੋਸੈਸਿੰਗ ਜਲਦੀ ਪਈ ਹੈ ਪ੍ਰੋਸੈਸਿੰਗ ਚਲਦੀ ਪਈ ਹੈ ਪ੍ਰੋਸੈਸਿੰਗ ਕਦੋਂ ਖਤਮ ਹੋਣੀ ਹੈ ਕੋਈ ਪਤਾ ਨਹੀਂ ਅੱਗੇ ਅਸੀਂ ਪਾਉਂਦੇ ਸੀ ਪੇਮੈਂਟ ਅਸੀਂ ਡਿਟੇਲ ਬਣਾ ਕੇ ਪੂਰੀ 20 ਲੱਖ ਦੀ ਪੇਮੈਂਟ ਅਸੀਂ ਬੈਂਕ ਨੂੰ ਦਿੰਦੇ ਸੀ ਉਸ ਦਿਨ ਪੇਮੈਂਟ ਵਾਲੀ ਦੂਜੇ ਪੇਮੈਂਟ ਪਾ ਜਾਂਦੀ ਸੀ ਹੁਣ ਪੁੱਛਦਾ ਕੋਈ ਸਾਨੂੰ ਪੁੱਛਦਾ ਜੋ ਕਹਿੰਦੇ ਅਸੀਂ ਔਨਲਾਈਨ ਕਰਦਾ ਸਾਰਾ ਸਿਸਟਮ ਔਨਲਾਈਨ ਕਰ ਦਿੱਤਾ ਜ਼ਿਮੀਦਾਰ ਪਰੇਸ਼ਾਨ ਹੋ ਗਿਆ ਆੜ੍ਹਤੀਆਂ ਪਰੇਸ਼ਾਨ ਜ਼ਿਮੀਦਾਰ ਫੋਨ 'ਤੇ ਫੋਨ ਕੋਈ ਯਾਰ ਮੇਰੀ ਪੇਮੈਂਟ ਯਾਰ ਮੇਰੀ ਪੇਮੈਂਟ ਅਸੀਂ ਕੀ ਕਰੀਏ ਸਾਡੇ ਹੱਥ ਵਿੱਚ ਕੁਛ ਨਹੀਂ ਹੈਗਾ ਜੇ ਕਿਤੇ ਅਸੀਂ ਕਿਸਾਨਾਂ ਦੀ ਗੱਲ ਕਰੀਏ ਸਿੱਧੀ ਅਦਾਇਗੀ ਦੀ ਜਾਂ ਕਿ ਪੇਮੈਂਟ ਕੀ ਕਹਿਣਾ ਚਾਹੁੰਦੇ ਕਿਸਾਨ ਪੇਮੈਂਟ ਨਹੀਂ ਜ਼ਿਮੀਦਾਰ ਨੂੰ ਬਰਾਬਰ ਹੋ ਰਹੀ 14 ਦਾ ਮੈਂ ਪਰਚਾ ਕੱਟਿਆ ਸੀ ਕਰਨੈਲ ਸਿੰਘ ਲਮੀਨ ਤੋਂ ਹੈ ਉਹ ਮੈਨੂੰ ਵਿਚਾਰਾ ਕੱਲ੍ਹ ਵੀ ਪਰਸੇ ਫੋਨ ਕਰਦਾ ਪਿਆ ਸੀ ਕਿ ਮੇਰੀ ਪੇਮੈਂਟ ਨਹੀਂ ਪਈ
ਤੁਸੀਂ ਹਿਸਾਬ ਕਰ ਲਓ ਉਹਦੀ 30 ਤੱਕ ਪੇਮੈਂਟ ਨਹੀਂ ਪਈ ਉਹ ਜਿਮੀ ਦਾ ਕਿੱਥੇ ਜਾਊਗਾ ਇਹਨੂੰ 17 ਦਿਨ ਤੱਕ ਪੇਮੈਂਟ ਨਹੀਂ ਮਿਲੀ 17 ਦਿਨ ਤੱਕ ਉਹਦੀ ਪੇਮੈਂਟ ਦੇ ਖਾਤੇ 'ਚ ਨਹੀਂ ਆਈ ਇੱਕ ਵਿਚਾਰਾ ਸੰਗਲੇ ਤੋਂ ਸੁਰੇਸ਼ ਉਹਦੀ ਪੇਮੈਂਟ ਵੀ ਨਹੀਂ ਪਈ ਉਹ ਵੀ ਵਿਚਾਰਾ ਪਰੇਸ਼ਾਨ ਅਤੇ ਕੀ ਕਰਾਂ ਬੇਚਾਰਾ ਕਿੱਥੇ ਜਾਵਾਂ ਕਿੰਨੇ ਕਿੰਨੇ ਦਿਨ ਹੋ ਗਏ ਵੀ 15 ਦਿਨ ਉੱਪਰ ਹੋ ਗਈ ਪੇਮੈਂਟ ਨੂੰ ਇਹ ਜਿਹੜੀ ਪੇਮੈਂਟ ਅੱਗੇ ਵੀ ਇੱਦਾਂ ਹੁੰਦੀ ਰਹੀ ਜਾਂ ਐਜੀ ਹੁਣ ਲੱਗੀ ਜਦੋਂ ਆੜਤੀਆ ਕਰਦਾ ਸੀ ਪੇਮੈਂਟ ਕੋਈ ਪਰੇਸ਼ਾਨੀ ਨਹੀਂ ਸੀ ਜਿਮੀਦਾਰ ਨੂੰ ਪੁੱਛ ਲਓ ਤੁਸੀਂ ਜਿਮੀਦਾਰ ਬੈਠੇ ਇੱਥੇ ਸਾਡੇ ਕੋਲ ਪੇਮੈਂਟ ਸਰਕਾਰ ਪੰਜ ਸਾਡੇ ਖਾਤੇ 'ਚ ਪਾਉਂਦੀ ਸੀ ਅਸੀਂ ਸਵੇਰੇ ਸਟੇਟਮੈਂਟ ਬਣਵਾਉਣੀ ਆਪਣੇ ਦੇਖ ਕੇ ਲੈਟਰ ਪੈਡ 'ਤੇ ਸਟੈਂਪ ਲਾ ਕੇ ਦੇਣੀ ਵੀ ਬੈਂਕ ਨੂੰ ਇਹ ਲਓ ਜੀ ਸਾਡੀ ਲਿਮਿਟ ਹੈਗੀ ਸਾਡੇ ਖਾਤੇ ਹੈਗੇ ਕਿਤੇ ਸਾਡੇ ਲੈ ਜਾਣਾ ਚੈੱਕ ਤੁਹਾਨੂੰ ਤੋਂ ਅਤੇ ਉਸ ਵੇਲੇ ਇੰਨੀ ਨਕਸ਼ ਦੇ ਸਾਡੀ ਪੈ ਜਾਂਦੀ ਸੀ ਹੁਣ ਸਾਨੂੰ ਕੋਈ ਨਹੀਂ ਪਤਾ ਪਿਆ ਸਾਨੂੰ ਪਰੇਸ਼ਾਨ ਕਰਦੇ ਵਿਚਾਰੇ ਜਿਮੀਦਾਰ ਵੀ ਦੱਸੋ ਜੀ ਕੀ ਕਰਨਾ ਪੇਮੈਂਟ ਦਾ ਅਸੀਂ ਸਾਡੇ ਵਾਸਤੇ ਸਾਡੇ ਹੱਥ ਕੁਛ ਨਹੀਂ ਹੈਗਾ ਸਰਕਾਰ ਪੇਮੈਂਟ ਔਨਲਾਈਨ ਕਰ ਦਿੱਤੀ ਹੈ ਤੁਹਾਡੇ ਖਾਤਿਆਂ 'ਚ ਹੀ ਦਿੱਤੀ ਆ ਜੇ ਕਿਤੇ ਯਕਦਮ ਕਿਸੇ ਨੂੰ ਪੈਸੇ ਦੀ ਲੋੜ ਪਏ ਵੀ ਕੀ ਕਰੇਗਾ ਦੇਣੇ ਸਰਕਾਰ ਦੇਖੇ ਸਰਕਾਰ ਦੀ ਸਮੱਸਿਆ ਵੀ ਕੀ ਕਰਨਾ ਜਿੱਦਾਂ ਕਿਤੇ ਵਿਆਹ ਸ਼ਾਦੀ ਹੋਵੇ ਆੜਤੀਆਂ ਨੂੰ ਜਾ ਕੇ ਪੈਸੇ ਮੌਕੇ 'ਤੇ ਫੜ ਲੈਂਦਾ 1-2 ਲੱਖ ਆਪਾਂ ਨੂੰ ਗੁਜ਼ਾਰਾ ਕਰਨ ਦਾ ਉਹ ਹੁਣ ਚੀਜ਼ ਹੁਣ ਵਿਸ਼ਵਾਸ ਸਰਕਾਰ ਨੇ ਖਤਮ ਕਰ ਦਿੱਤਾ ਆੜਤੀਆਂ ਕੀ ਕਰੂਗਾ ਦਊਗਾ ਨਾ ਦੇਗਾ ਫਿਰ ਲਏਗਾ ਕੀ ਕਹਿਣਾ ਚਾਹੁੰਦੇ ਤੁਸੀਂ ਲਾਸਟ ਇਹ ਕੀ ਕਹਿਣਾ ਜੀ ਮੈਂ ਤਾਂ ਇਹ ਕਹਿੰਦਾ ਕਿ ਆੜਤੀ ਨੂੰ ਵਾਰਦਾ ਨਾ ਮਿਲੇ ਅਤੇ ਸਰ ਜਿਮੀਦਾਰ ਦੀ ਪੇਮੈਂਟ ਬਰਾਬਰ ਹੋਵੇ ਟਾਈਮ